ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਵਧਾਉਣ ਲਈ ਅਕਾਲੀ ਦਲ ਨੇ ਸਪੀਕਰ ਨੂੰ ਸੌਂਪਿਆ ਮੰਗ ਪੱਤਰ। ਮਨਜੀਠੀਆ ਨੇ ਕਿਹਾ ਛੋਟਾ ਸੈਸ਼ਨ ਰੱਖ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਚਰਚਾ ਕਰਨ ਤੋਂ ਭੱਜ ਰਹੀ ਪੰਜਾਬ ਸਰਕਾਰ। ਵਿਦੇਸ਼ ਮੰਤਰਾਲੇ ਨੇ ਬਾਹਰ ਭੇਜਣ ਵਾਲੇ ਫਰਜ਼ੀ ਏਜੰਟਾਂ ਦੀ ਕੀਤੀ ਲਿਸਟ ਜਾਰੀ। ਪੰਜਾਬ 'ਚ 76 ਫਰਜ਼ੀ ਏਜੰਟਾਂ ਦਾ ਨਾਮ ਆਇਆ ਸਾਹਮਣੇ। ਤਰਨ ਤਾਰਨ ਦੇ ਪਿੰਡ ਨਸ਼ਹਿਰਾ ਟਾਲਾ 'ਚ ਫੋਕੀ ਅਣਖ ਖਾਤਰ ਇੱਕੋ ਪਰਿਵਾਰ ਦੇ 3 ਜੀਆਂ ਦਾ ਕਤਲ। ਪ੍ਰੇਮ ਵਿਹਾਰ ਨਾਲ ਜੁੜਿਆ ਸੀ ਮਾਮਲਾ, ਪੁਲਿਸ ਕਰ ਰਹੀ ਜਾਂਚ ਪੜਤਾਲ। ਪਟਿਆਲਾ 'ਚ ਲਾਪਤਾ ਹੋਏ ਬੱਚਿਆਂ ਨੂੰ ਲੱਭਣ ਲਈ ਅੱਜ 9ਵੇਂ ਦਿਨ ਵੀ ਪੁਲਿਸ ਕਰ ਰਹੀ ਜਦੋਜਹਿਦ। ਆਪ ਵਿਧਾਇਕ ਅਮਨ ਅਰੋੜਾ ਨੇ ਕੀਤੀ ਲਾਪਤਾ ਬੱਚਿਆਂ ਦੇ ਪਰਿਵਾਰ ਨਾਲ ਮੁਲਾਕਾਤ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਨਿਕਲਣ ਵਾਲੇ ਵਿਸ਼ਾਲ ਨਗਰ ਕੀਰਤਨ 'ਚ ਹਾਜ਼ਰੀ ਭਰਨ ਲਈ SGPC ਦੀ ਅਗਵਾਈ 'ਚ 500 ਸ਼ਰਧਾਲੂ ਹੋਏ ਪਾਕਿਸਤਾਨ ਰਵਾਨਾ। 1 ਅਗਸਤ ਤੋਂ ਸ਼ੁਰੂ ਹੋਵੇਗਾ ਨਗਰ ਕੀਰਤਨ।